ਅਸਲਾਮੁਅਲੈਕਮ ਜੀ, ਤੁਸੀਂ ਦੇਖ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਦੇ ਬਟਨ ਦਬਾਓ ਕਿ ਆਨਲਾਈਨ ਵੀ ਦਾ ਨੋਟੀਫਿਕੇਸ਼ਨ ਹੈ ਮੇਰੇ ਦੋਸਤਾਂ ਦੇ ਵੀਰਾਂ ਤੱਕ ਪਹੁੰਚਿਓ। ਤੁਸੀਂ ਦੇਖੋ ਸਭ ਤੋਂ ਪਹਿਲੇ ਹਰ ਰੋਜ਼ ਹੀ ਨਿਸਬਤ ਅੱਛੇ ਔਰ ਖੂਬਸੂਰਤ ਜਾਨਵਰ ਤੁਹਾਡਾ ਵੀਰ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦਾ ਹੈ। ਸਰਦੀ ਹੋਵੇ, ਗਰਮੀ ਹੋਵੇ, ਸਫ਼ਰ ਕਰੀਦਾ ਔਰ ਅੱਛੇ ਅਤੇ ਖੂਬਸੂਰਤ ਜਾਨਵਰ ਆਪਦੇ ਵੀਰਾਂ ਦੀ ਨਜ਼ਰ ਕਰੀਦੇ ਨੇ। ਔਰ ਅੱਜ ਵੀ ਮੈਂ ਆਪਣੇ ਵੀਰਾਂ ਵਾਸਤੇ ਇੱਕ ਵੈੜ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਜਿਹੜੀ ਕਿ ਮੂੰਹੋਂ ਚੋਗੀ ਏ, ਪਹਿਲਾ ਸੂਆ ਸੂਈ ਏ ਔਰ ਸੋਹਣਾ ਸੁਥਰਾ ਜਾਨਵਰ ਏ। ਸਿਰੋਂ ਕੋਨੀ ਏ, ਛੋਟਾ ਛੋਟਾ ਕੰਨ ਏ, ਵਲੈਤੀ ਦਾ ਕਰਾਸ ਏ ਔਰ ਸੋਹਣਾ ਸੁਥਰਾ ਜਾਨਵਰ। ਹਮੇਸ਼ਾ ਤੁਹਾਡੇ ਦੇਸ਼ ਪੰਜਾਬ ਟੀ ਵੀ ਜ਼ੀਨਤ ਏ। ਕੰਢ ਦੀ ਪੱਧਰੀ ਸੋਹਣੀ ਸੁਥਰੀ ਕੰਢ, ਮਾਸ਼ਾਲਾ ਗਾਡਰ ਵਾਂਗੂੰ ਏ, ਸਿੱਧੀ ਤੁੱਕ ਮਾਸ਼ਾਲਾ ਤੀਰ ਵਾਂਗੂੰ ਔਰ ਸੋਹਣਾ ਸੁਥਰਾ ਜਾਨਵਰ ਮਾਸ਼ਾਲਾ, ਬੜਾ ਹੀ ਪਿਆਰਾ ਔਰ ਮੋਟ ਮੋਟ ਦਾ ਥਾਣੇ, ਸੋਹਣਾ ਥਾਣੇ ਔਰ ਪਹਿਲਾ ਸੁਆ ਸੂਈਏ। ਇਸ ਟਾਈਮ ਇਹਦੇ ਥੱਲੇ ਕਿੰਨਾ ਦੁੱਧ ਏ ਉਹ ਭਾਈ ਹੋਰਾਂ ਕੋਲ ਪੁੱਛ ਲਾਂਗੇ। ਮਗਰ ਚਿੱਟੇ ਰੰਗ ਦਾ ਵੱਛਾ ਹੈ, ਉਹ ਵੀ ਮੇਰੇ ਕੈਮਰੇ ਦੀ ਨਜ਼ਰ, ਤੁਹਾਡੇ ਦੋਸਤਾਂ ਵੀਰਾਂ ਦੀ ਨਜ਼ਰ ਏ। ਕਿੰਨੇ ਦਿਨ ਹੋਏ ਨੇ ਸੂਈ ਨੂੰ, ਇਹ ਮਾਲਕ ਤੋਂ ਪੁੱਛ ਲੈਂਦੇ ਹਾਂ। ਸਾਰੀਆਂ ਗੱਲਾਂ ਆਉਣਗੀਆਂ ਰੂਬਰੂ ਔਰ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਆਉਣਗੀਆਂ। ਐਂਡ ਤੱਕ ਵੀਡੀਓ ਵੇਖਣੀ ਏ, ਰੇਟ ਸੁਣਨੇ ਨੇ, ਉਸ ਤੋਂ ਬਾਅਦ ਮੇਰੇ ਵੀਰਾਂ ਨੇ ਇੱਕ ਮਿੰਟ ਦਾ ਇਜ਼ਹਾਰ ਕਰਨਾ ਔਰ ਮਾਸ਼ਾਅੱਲਾ ਜਾਨਵਰ ਦੇ ਮੁਤਾਬਕ ਰੇਟ ਹੋਣਗੇ ਇਨਸ਼ਾਅੱਲਾ। ਅਤੇ ਜਾਨਵਰ ਤੋਂ ਵਾਧੂ ਰੇਟ ਤੁਹਾਡਾ ਵੀਰ ਨਹੀਂ ਕਦੇ ਵੀ ਲੈ ਕੇ ਹਾਜ਼ਰ ਹੁੰਦਾ। ਜਿਹੜਾ ਇਹਦੇ ਮੂੰਹ 'ਤੇ ਰੇਟ ਪੈਂਦਾ ਹੈ ਉਹ ਤੁਹਾਡਾ ਵੀਰ ਤੁਹਾਨੂੰ ਇਨਸ਼ਾਅੱਲਾ ਇਹਦਾ ਰੇਟ ਹੋਵੇਗਾ, ਜ਼ਿਆਦਾ ਰੇਟ ਨਹੀਂ ਹੋਣਗੇ ਇਨਸ਼ਾਅੱਲਾ ਜੀ। ਬਸ ਜਾਨਵਰ ਦੀ ਤਸੱਲੀ ਕਰ ਲੈਣੀ ਮੇਰੇ ਦੋਸਤਾਂ ਵੀਰਾਂ ਨੇ, ਕੈਮਰਾਮੈਨ ਸਭ ਸਵਾਰ ਅਤੇ ਜਾਨਵਰ ਦਿਖਾ ਦੇਣਾ ਹੈ, ਕੋਈ ਕਮੀ ਨਾ ਰਹਿ ਜਾਵੇ। ਮੇਰੇ ਭਰਾ ਕੋਈ ਇਹ ਨਾ ਕਹੇ ਯਾਰ ਚਾਰੋਂ ਤਰਫ ਅਸੀਂ ਜਾਨਵਰ ਦੇਖਿਆ ਨਹੀਂ, ਥਣ ਚੱਡਾ ਨਹੀਂ ਵੇਖਿਆ। ਮਾਸ਼ਾਅੱਲਾ ਸੋਹਣਾ ਹੈ, ਸੋਹਣਾ ਸੁਥਰਾ ਜਾਨਵਰ ਏ। ਇਹ ਚਾਲ ਢਾਲ ਮੁਕੰਮਲ ਦੇਖ ਲੈਣੀ ਮੇਰੇ ਦੋਸਤਾਂ ਵੀਰਾਂ ਨੇ, ਇਹ ਚਾਲ ਢਾਲ ਏ ਜਾਨਵਰ ਦੀ ਔਰ ਇਹ ਹਵਾਨਾ ਹੈ ਮਾਸ਼ਾਅੱਲਾ ਜੀ, ਸੋਹਣਾ ਹਵਾਨਾ ਮਾਸ਼ਾਅੱਲਾ। ਇਹ ਵੇਖ ਲਓ ਜੀ, ਖੱਬੇ ਦਾ ਹਵਾਨਾ ਹੈ ਔਰ ਮੁੱਠ ਮੁੱਠ ਦਾ ਥਾਣੇ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ। ਬਾਕੀ ਜੋ ਲੈਣਾ ਦੇਣਾ ਨਸੀਬ ਦੀ ਗੱਲ ਹੁੰਦੀ ਹੈ, ਅਤੇ ਤੁਹਾਡਾ ਵੀਰ ਤੁਹਾਡੇ ਵਾਸਤੇ ਸੋਹਣਾ ਜਾਨਵਰ ਲੈ ਕੇ ਆ ਗਿਆ। ਮੁੱਠ ਮੁੱਠ ਦਾ ਥਾਣੇ ਮਾਸ਼ਾਅੱਲਾ, ਸੋਹਣਾ ਥਾਣੇ, ਪਹਿਲਾਂ ਸੁਆਹ ਸੂਈ ਹੈ ਵੈੜ ਔਰ ਥਣ ਚੱਡੇ ਦੀ ਸੋਹਣੀ ਹੈ ਮਾਸ਼ਾਅੱਲਾ। ਚੁਆਈ ਹੋਈ ਇਸ ਟਾਈਮ ਅਸੀਂ ਹਾਜ਼ਰ ਹੋਏ ਹਾਂ, ਭਾਈ ਹੋਰਾਂ ਕੋਲ ਚੁਆਈ ਹੋ ਚੁੱਕੀ ਸੀ ਜਦੋਂ ਅਸੀਂ ਹਾਜ਼ਰ ਹੋਏ ਹਾਂ ਮਾਸ਼ਾਅੱਲਾ ਜੀ। ਬਾਕੀ ਜਾਨਵਰ ਸੋਹਣਾ ਸੁਥਰਾ, ਕਲਾਵਣ ਵਾਲਾ ਨਹੀਂ ਹੈ ਮਾਸ਼ਾਅੱਲਾ। ਸਿਰ ਦੀ ਕੋਨੀ ਕੰਢ ਦੀ ਬਰਾਬਰ, ਮੂੰਹੋਂ ਚੋਗੀ ਏ, ਆ ਚੱਲ ਫਿਰ ਰਹੀ ਹੈ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਬੰਨ ਦਿਓ ਭਾਈ ਜਾਨ ਅਤੇ ਆ ਜਾਓ। ਮਾਸ਼ਾਅੱਲਾ ਜੀ, ਜਾਨਵਰ ਦੀ ਤਸੱਲੀ ਮੇਰੇ ਭਰਾਵਾਂ ਨੇ ਕਰ ਲੈਣੀ, ਬਾਕੀ ਜੋ ਇਹ ਮੇਰੇ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ। ਸਟਿੱਕ ਤੋਂ ਡਰ ਗਈ ਥੋੜ੍ਹਾ ਜਿਹਾ, ਬੋਲਾ ਛੋਲਾ ਤੁਹਾਨੂੰ ਨਿਕਲ ਗਿਆ ਤੇ ਦੁੱਧ ਮੇਰਾ ਭਰਾਇਆ ਇਸ ਟਾਈਮ ਜਿਹੜਾ ਪੱਕਾ ਜਿਹੜਾ ਆਪਾਂ ਚਵਾ ਸਕਦੇ ਹਾਂ ਨਾ ਜੀ। ਗੱਲ ਆਪਾਂ ਫੂਤ ਨਹੀਂ ਮਾਰਨੀ ਕਿ ਮੈਂ ਜੀ 14 ਕਿਲੋ ਚੋਰ ਹਾਂ, 15 ਚੋਰ ਹਾਂ, ਇਹ ਗੱਲ ਨਹੀਂ ਕਰਨੀ। ਜਿਹੜਾ ਆਪਾਂ ਚੋਰ ਹੈ ਨਾ ਅੱਜ ਦਾ ਟਾਈਮ, ਹਾਂਜੀ, ਉਹ ਹੀ ਦੱਸਣਾ।
ਯਾਦਰ ਮੌਕੇ ਪੱਠਿਆਂ ਤੋਂ ਦੁੱਧ ਦੇ ਰਹੀ 10 ਕਿਲੋ, ਹਾਲੇ ਤੱਕ ਵੱਛੀ ਮੈਲਾ ਨਹੀਂ ਸਟਿਆ। ਔਰ ਇਹਦੀ ਜਿਹੜੀ ਗਾਂ ਦੀ ਮਾਂ ਸੀ ਉਹ 22-1 ਲੀਟਰ ਦੁੱਧ ਦਿੰਦੀ ਰਹੀ ਹੈ ਜੀ। ਅੱਛਾ ਜੀ। ਕੋਈ ਫੀਡ ਸ਼ੀਟ ਨਹੀਂ ਪਾਈ, ਅਸੀਂ ਖਾਲੀ ਪੱਠੇ ਪਾਉਂਦੇ ਹਾਂ ਜੀ। ਖਾਲੀ ਪੱਠੇ ਪਾ ਰਹੇ? ਹਾਂਜੀ, ਇਹ ਹਾਲੀ ਪਹਿਲਾ ਵਾਰਾ ਹੈ ਜੀ, ਇਹ ਪਹਿਲੀ ਇਹਦੀ ਮਾਂ ਹੈ ਜੀ, ਉਹ ਪਰਲੇ ਪਾਸੇ ਖੜੀ ਜੀ। ਅੱਛਾ ਜੀ। ਹਾਂਜੀ ਸਹੀ ਹੈ। ਅਤੇ ਇਸ ਟਾਈਮ ਮੌਜੂਦਾ 10 ਲੀਟਰ ਔਰ 14-15 ਲੀਟਰ ਦੁੱਧ ਆਸਾਨੀ ਨਾਲ ਵੈਟ ਦੇਵੇਗੀ ਇਨਸ਼ਾਅੱਲਾ। ਮੈਲਾ ਸ਼ਾਲਾ ਸੱਟ ਲਿਆ ਕੀ ਇਹ ਤੋਂ ਬਾਅਦ ਆ, ਇਹ ਤੋਂ ਬਾਅਦ 14-15 ਲੀਟਰ ਦੁੱਧ ਦੇਵੇਗੀ। ਚਲੋ 14 ਵੀ ਦੇਵੇ ਤਾਂ ਬੜਾ। ਹਾਂਜੀ, ਪਹਿਲਾ ਸੂਆ ਹੈ ਨਾਲੇ ਵੈਟ ਦਾ। ਤੇ ਮੂੰਹ ਚੋਗੀ ਤੁਸੀਂ ਦੱਸੀ ਆ ਰਹੇ? ਹਾਂਜੀ, ਮੂੰਹ ਮੂੰਹ ਪੱਟ ਤੇ ਵਿਖਾ ਦਿੰਦੇ ਹੋ? ਵਿਖਾ ਸਕਦੇ? ਦਿਖਾਓ। ਆ ਵਿਖਾ ਸਕੋ, ਦਿਖਾਓ। ਮੂੰਹ ਦੀ ਸੀਲ ਸ਼ਰਾਫ ਜੀ, ਆ ਦੇਖ ਲਓ ਚੋਗੀ ਮੂੰਹ, ਮਾਸ਼ਾਅੱਲਾ। ਇਹ ਦੇਖ ਲਓ, ਤਸੱਲੀ ਕਰ ਲੈਣੀ ਮੇਰੇ ਵੀਰਾਂ ਨੇ, ਬਾਕੀ ਸਾਰੀ ਗੱਲ ਆ ਭਾਈ। ਛੱਡ ਜਾਓ ਭਾਈ, ਆ ਜਾਓ ਭਾਈ ਜ਼ੁਲਫਕਾਰ ਜੀ। ਅਤੇ ਆਪਣਾ ਹਫ਼ਤਾ ਹੋ ਗਿਆ ਸੂਈ ਨੂੰ, ਅਤੇ ਦੁੱਧ ਤੁਸੀਂ ਦੱਸੀ ਜਾਂਦੇ ਇਸ ਟਾਈਮ ਹਾਜ਼ਰ ਮੌਕੇ 10 ਲੀਟਰ ਹੈ, ਅਤੇ ਬੱਚੇ ਨੂੰ ਛੱਡ ਕੇ? ਹਾਂਜੀ, ਬੱਚਿਆਂ ਨੂੰ ਛੱਡ ਕੇ, ਮੌਸਮ ਦੇ ਹਾਲਾਤ ਦੀ ਵਜ੍ਹਾ ਤੋਂ, ਹਾਲੀ ਮਾਮੂਲੀ ਚੜੀ ਖਲੀ ਦੀ ਵਜ੍ਹਾ ਤੋਂ, ਚੜੀ ਖਲੀ ਥੋੜ੍ਹੀ। ਹਾਂਜੀ, ਬਾਕੀ ਗਾਂ ਤਾਜ਼ਾ ਸੂਈ, ਹਫ਼ਤਾ ਹੋ ਗਿਆ। ਹਾਂਜੀ, ਅਤੇ ਮੇਰੇ ਭਰਾ ਨੇ ਨਾ ਜਿਹੜਾ ਮੁੱਲ ਲੈ ਲੈਣਾ ਨਾ, ਜਿਵੇਂ ਐਡੀਆਂ ਸੋਹਣੀਆਂ ਜਿਹੀਆਂ ਗੱਲਾਂ ਕੀਤੀਆਂ ਨੇ ਮੇਰੇ ਭਰਾ ਨੇ, ਮੁਹੱਬਤ ਪਿਆਰ ਵਾਲੀਆਂ ਸਿੱਧੀ ਜਿਹੀ ਗੱਲ ਕੀਤੀਆਂ ਨੇ, ਜਿਵੇਂ ਉਵੇਂ ਮੇਰੇ ਭਰਾ ਨੇ ਰੇਟ ਦੀ ਵੀ ਸਿੱਧੀ ਜਿਹੀ ਗੱਲ ਕਰਨੀ। ਇਹਦਾ ਮੁੱਲ ਤਾਂ 1,70,000 ਰੁਪਏ। ਨਹੀਂ ਯਾਰ ਭਾਈ ਜਾਨ, ਜਾਨਵਰ ਦੇ ਮੁਤਾਬਕ ਕਰੋ, ਸਾਰਾ ਦਿਨ ਫੀਲਡ 'ਚ ਫਿਰੀਂਦਾ, ਜਾਨਵਰ ਸਾਹਮਣੇ ਹੀ ਆਉਂਦੇ ਨੇ, ਦੇਖੀਂਦੇ ਵੀ ਨੇ, ਤੁਹਾਨੂੰ ਵੀ ਪਤਾ ਕਿ ਕੀ ਅੱਜ ਕੱਲ੍ਹ ਹਿਸਾਬ ਹੈ। ਪਹਿਲਾਂ ਸੂਆ ਸੂਈ ਹੈ, ਮੂੰਹ ਚੋਗੀ, ਵੈੜ ਹੀ ਬਹੁਤ ਨਸਲੀ, ਵੈੜ ਨਸਲੀ। ਮੈਂ ਨਹੀਂ ਕਹਿੰਦਾ ਤੇਰੀ ਵੈੜ ਮਾੜੀ, ਵੈੜ ਤੇਰੀ ਨਸਲੀ। ਮੁਹੱਬਤ ਪਿਆਰ ਵਾਲਾ ਯਾਰ, 1,70,000 ਬਹੁਤ ਜ਼ਿਆਦਾ, ਕੁਛ ਥੱਲੇ ਕਰੋ। ਚਲੋ 65 ਕਰ ਲੈ। ਨਹੀਂ ਫਿਰ ਵੀ ਚਲੋ 5,000 ਰੁਪਇਆ ਤੁਹਾਨੂੰ ਕਿਰਾਇਆ ਤਾਂ ਛੱਡ ਸਕਣਾ, ਫਾਈਨਲ ਜਿਹੜੀ 60 ਦੇ ਦੇ। ਇਸ ਤੋਂ ਪਿਆਰ ਮੁਹੱਬਤ, ਇਸ ਤੋਂ ਪਿਆਰ ਮੁਹੱਬਤ ਨਹੀਂ। ਨਹੀਂ ਫਿਰ ਵੀ ਕਰਨੀ ਚਾਹੀਦੀ। ਚਲੋ ਕੋਈ ਮਕੂਲ ਜਿਹਾ ਤੁਹਾਡਾ ਦਰਾਂ ਦੀ ਮਿਹਰਬਾਨੀ। 1,60,000 ਰੁਪਇਆ ਜੀ ਇਹਦੀ ਆਪਣਾ ਕੀਮਤ ਹੈ, ਪਿਆਰ ਮੁਹੱਬਤ ਹੈ ਜਿਹੜੀ ਉਹ ਮੌਕੇ 'ਤੇ ਹੋ ਜਾਏਗੀ। 1,70 ਰੇਟ ਕਰ ਰਿਹਾ ਸੀ ਭਾਈ ਜੀ, ਅਤੇ 1,60 ਦੇ ਵਿੱਚ ਕਰ ਦਿੰਦੇ, ਉਹਦੇ 'ਚ ਵੀ ਮੁਹੱਬਤ ਪਿਆਰ ਹੋ ਜਾਏਗੀ ਮੌਕੇ 'ਤੇ। ਬਾਕੀ ਜਾਨਵਰ ਦੀ ਤਸੱਲੀ ਕਰਵਾ ਦਿਓ ਕੈਮਰਾਮੈਨ ਸਾਹਿਬ, ਦੁਬਾਰਾ ਫਿਰ ਤੁਹਾਨੂੰ ਦਿਖਾ ਦਿਓ ਜਾਨਵਰ ਦਾ ਹਵਾਨਾ ਸ਼ਾਨਾ, ਅਤੇ ਵੱਛੇ ਦੀ ਵੀਡੀਓ ਦਿਖਾ ਦਿਓ, ਮਗਰ ਇਹਦੇ ਵੱਛਾ। ਔਰ ਹਫ਼ਤੇ ਦੀ ਸੂਈ ਹੋਈ ਹੈ, 10 ਲੀਟਰ ਦੁੱਧ ਇਸ ਟਾਈਮ ਹਾਜ਼ਰ ਮੌਕੇ ਗਾਂ ਥੱਲੇ। ਮਾਸ਼ਾਅੱਲਾ, ਵੈੜ ਮੂੰਹ ਚੋਗੀ ਹੈ, ਸੋਹਣੀ ਸੁਥਰੀ ਹੈ, ਨਸਲ ਜ਼ਾਤ ਦੀ ਸੋਹਣੀ ਹੈ। ਇਹਦੀ ਮਾਂ ਭਾਈ ਕਹਿੰਦਾ ਜੀ 22-23 ਲੀਟਰ 25 ਲੀਟਰ ਦੀ ਕਰਮੀ ਕਰਦੀ ਸੀ ਦੁੱਧ, ਬਾਕੀ ਉਹ ਮਗਰ ਵੱਛਾ। ਅਤੇ ਤਸੱਲੀ ਕਰਵਾ ਦੇਣੀ ਕੈਮਰਾਮੈਨ ਸਾਹਿਬ, ਵੀਰ ਦਾ ਵਟਸਐਪ ਨੰਬਰ ਹੈ 0308-4970-147, ਇਹ ਵਟਸਐਪ ਨੰਬਰ ਹੈ, ਇਹ ਰਾਬਤਾ ਨੰਬਰ ਹੈ। ਅਗਰ ਕਿਸੇ ਦੋਸਤ ਭਰਾ ਨੂੰ ਮੇਰੇ ਨੂੰ ਪਸੰਦ ਆਉਂਦੀ ਹੈ, ਉਹ ਲਾਈਕ ਕਰੇ, ਸ਼ੇਅਰ ਕਰੇ, ਕਮੈਂਟ ਕਰੇ, ਅਤੇ ਆਪਦੇ ਭਾਈ ਨਾਲ ਰਾਬਤਾ ਕਰ ਸਕਦਾ। ਮੁਹੱਬਤ ਪਿਆਰ 1,60,000 ਦੇ ਵਿੱਚ ਵੀ ਇਨਸ਼ਾਅੱਲਾ ਕਰਵਾਵਾਂਗੇ, ਜੋ ਹੋ ਸਕੇ ਵੀਰਾਂ ਦੋਸਤਾਂ ਵਾਸਤੇ। ਬਾਕੀ ਇਸ ਵੀਡੀਓ ਨਾਲ ਦੇ ਮੇਜ਼ਬਾਨ ਮੁਹੰਮਦ ਰਮਜ਼ਾਨ ਦਿਓ ਇਜਾਜ਼ਤ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।